हेलो माय फ्यूचर बर्ड्स वेलकम बैक टू माय चैनल आज से करन जा रहे हैं लेसन नंबर 3 ज्योग्राफी दे एमसीक्यूज शुरू कर दिए फर्स्ट क्वेश्चन तो संपूर्ण भारत ਵਿੱਚ ਸਭ ਤੋਂ ਵੱਧ ਵਰਖਾ ਵਾਲੇ ਦੋ ਮਹੀਨੇ ਹਨ ਜੁਲਾਈ ਤੇ ਅਗਸਤ ਵਾਪਸ ਜਾਂਦੀ ਹੋਈ ਅਤੇ ਪੂਰਵੀ ਮੌਨਸੂਨ ਤੋਂ ਪ੍ਰਭਾਵਿਤ ਸਥਾਨ ਹੈ ਚੇਨਈ ਭਾਰਤ ਵਿੱਚ ਦੱਖਣ ਪੱਛਮੀ ਮੌਨਸੂਨ ਦੀਆਂ ਕਿੰਨੀਆਂ ਸ਼ਾਖਾਵਾਂ ਹਨ 2 ਕਿਸ ਰੁੱਤ ਦੇ ਸ਼ੁਰੂ ਵਿੱਚ ਦੱਖਣ ਦੀ ਪਠਾਰ ਉੱਤੇ ਤਾਪ ਮਲ ਸਭ ਤੋਂ ਵੱਧ ਹੁੰਦਾ ਹੈ ਗਰਮ ਭਾਰਤ ਦੇ ਦੱਖਣੀ ਭਾਗਾਂ ਵਿੱਚ ਕਿਹੜੀ ਰੁੱਤ ਨਹੀਂ ਹੁੰਦੀ ਸਰਦੀ ਅੱਗੇ ਚੱਲਦੇ ਹਾਂ ਤੂਫਾਨੀ ਚੱਕਰਵਾਤਾਂ ਨੂੰ ਪੱਛਮੀ ਬੰਗਾਲ ਵਿੱਚ ਕਿਹਾ ਜਾਂਦਾ ਹੈ ਕਾਲ ਵਿਸਾਖੀ ਦੇਸ਼ ਦੇ ਉੱਤਰੀ ਮੈਦਾਨਾਂ ਵਿੱਚ ਗਰਮੀਆਂ ਵਿੱਚ ਚੱਲਣ ਵਾਲੀ ਧੂੜ ਭਰੀ ਸਥਾਨਿਕ ਪੌਨੋ ਕੀ ਕਿਹਾ ਜਾਂਦਾ ਹੈ ਲੂ ਦੱਖਣ ਪੱਛਮਾਸੋਂ ਦੀ ਬੰਗਾਲ ਦੀ ਖਾੜੀ ਵਾਲੀ ਸ਼ਾਖਾ ਦੁਆਰਾ ਸਭ ਤੋਂ ਵੱਧ ਪ੍ਰਭਾਵਿਤ ਸਥਾਨ ਹੈ ਮਾਸੇਨਰਮ ਕਿਸ ਖੇਤਰ ਵਿੱਚ ਲੋਕ ਬਦਲਾ ਲਈ ਤਰਸ ਜਾਂਦੇ ਹਨ ਬਾੜਵੀਰ ਤੇ ਜੈਸਲਵੇਰ ਅਗੇ ਹੈ ਗਰਮੀਆਂ ਦੇ ਰੁੱਤ ਦੇ ਸ਼ੁਰੂ ਹੋਣ ਸਾਰ ਹੀ ਸੂਰਜ ਦੇ ਅਸਿੱਧੀਆਂ ਕਿਰਨਾਂ ਇਸ ਗੋਲਾ ਅਰਧ ਵਿੱਚ ਕਰਕ ਰੇਖਾ ਵੱਲ ਬਦਲ ਲੱਗਦੀਆਂ ਹਨ ਉਤਰੀ ਕੀ ਹੈਗਾ ਤਾਂ ਉੱਤਰ ਉਤਰੀ ਅਗੇ ਹੈ ਦੇਸ਼ ਦੇ ਅੰਦਰ ਗਰਮੀ ਤੇ ਸਰਦੀ ਦੇ ਮੌਸਮ ਸਵੇ ਹਵਾ ਦੇ ਦਬਾਅ ਦੀ ਤਬਦੀਲੀ ਹੋ ਜਾਣ ਕਰਕੇ ਕਿਹੜੀਆਂ ਪੌਣਾ ਚਲਦੀਆਂ ਹਨ ਮੌਸਮੀ ਮੌਸਮ ਸ਼ਬਦ ਦਾ ਜਰਮ ਕਿਸ ਭਾਸ਼ਾ ਦੇ ਸ਼ਬਦ ਹੋਇਆ ਹੈ ਕੀ ਹੈਗਾ ਦਾ ਉੱਤਰ ਅਰਬੀ ਡੀ ਆਪਸ਼ਨ ਅੱਗੇ ਹੈ ਦੇਸ਼ ਦੀ ਵਧੇਰੀ ਵਰਖਾ ਦੇ ਕਿੰਨੇ ਬਰਤੀਸ਼ਤ ਹਿੱਸਾ ਮਾਰਚ ਤੋਂ ਲੈ ਕੇ ਸਤੰਬਰ ਤੱਕ ਦੀ ਗਰਮੀਆਂ ਦੀ ਰੁੱਤ ਵਿੱਚੋਂ ਮੌਨਸਨ ਪõਣਾ ਰਾਹੀ ਹੁੰਦਾ ਹੈ 87% ਦੇਸ਼ ਦੀ ਕਿੰਨੀ ਪ੍ਰਤੀਸ਼ਤ ਵਰਖਾ ਵਰਖਾ ਰੁੱਤ ਵਿੱਚ ਜੂਨ ਤੋਂ ਲੈ ਕੇ ਸਤੰਬਰ ਤੱਕ ਹੁੰਦੀ ਹੈ 74% ਪਛਵੀ ਘਾਟ ਦੀਆਂ ਪਛਵੀ ਢਲਾਨਾਂ ਤੇ ਬਿਗਾਲੀਆਂ ਤੇ ਅਸਾਂਬ ਦੀਆਂ ਪਹਾੜੀਆਂ ਤੇ ਕਿੰਨੇ ਸੈਂਟੀਮੀਟਰ ਦੀ ਵਰਖਾ ਕਿੰਨੇ ਸੈਂਟੀਮੀਟਰ ਤੋਂ ਵੀ ਵੱਧ ਵਰਖਾ ਹੁੰਦੀ ਹੈ 250 ਸੈਂਟੀਮੀਟਰ ਪਛਵੀ ਰਾਜਸਥਾਨ ਪਛਵੀ ਗੁਜਰਾਤ ਅਤੇ ਉੱਤਰੀ ਕਸ਼ਮੀਰ ਵਿੱਚ ਕਿੰਨੇ ਸੈਂਟੀਮੀਟਰ ਤੋਂ ਵੀ ਘੱਟ ਵਰਖਾ ਹੁੰਦੀ ਹੈ 25 ਸੈਂਟੀਮੀਟਰ ਦੇਸ਼ ਦੇ ਇਸ ਤੋਂ ਵੱਧ ਵਰਖਾਵੇਂ ਗੱਲ ਇਹ ਦੀਆਂ ਪਹਾੜੀਆਂ ਵਿੱਚ ਕਿੰਨੇ ਸੈਂਟੀਮੀਟਰ ਤੋਂ ਵੱਧ ਹੁੰਦੀ ਹੈ 1000 ਸੈਂਟੀਮੀਟਰ ਪਛਮੀ ਰਾਜਸਥਾਨ ਦੇ ਥਾਰ ਮਾਰੂਥਲ ਵਿੱਚ ਕਿੰਨੇ ਸਾਲਾਂ ਵਿੱਚ ਕੇਵਲ 20 ਸੈਂਟੀਮੀਟਰ ਤੋਂ ਵੀ ਘੱਟ ਵਰਖਾ ਹੁੰਦੀ ਹੈ 1 ਸ਼ਿਲਾਗ ਦੀ ਪਠਾਰ ਤੇ ਕਿਸ ਦੇਸ਼ ਵੱਲ ਦੀਆਂ ਟਲਾਣਾ ਦੇ ਬਹੁਤ ਜ਼ਿਆਦਾ ਵਰਖਾ ਹੁੰਦੀ ਹੈ ਬੰਗਲਾਦੇਸ਼ ਅੱਗੇ ਹੈ ਤੀਸਰੀ ਉੱਤਰ ਦੱਖਣ ਦਿਸ਼ਾ ਵਿੱਚ ਫੈਲੀ ਹੋਈ ਪੱਟੀ ਵਿੱਚ ਸਾਲ ਵਿੱਚ ਕਿੰਨੇ ਸੈਂਟੀਮੀਟਰ ਦੇ ਕਰੀਬ ਵਰਖਾ ਹੁੰਦੀ ਹੈ 200 ਸੈਂਟੀਮੀਟਰ ਦੇਸ਼ ਦੀ ਸਭ ਤੋਂ ਵੱਧ ਵਰਖਾ ਡੈਸ਼ ਦੀਆਂ ਪਹਾੜੀਆਂ ਵਿੱਚ ਹੁੰਦੀ ਹੈ ਬਿਗਾਲਯੋ ਬਸੇਦਰਾ ਦੀ ਸਲਾ ਦਾ ਵਰਖਾ ਦੀ ਮਾਤਰਾ ਡੈਸ਼ ਹੈ 1141 ਸੈਂਟੀਮੀਟਰ ਭਾਰਤ ਵਿੱਚ ਜਿਆਦਾਤਰ 75 ਤੋਂ 90% ਤੱਕ ਵਰਖਾ ਜੂਨ ਤੋਂ ਡੈਸ਼ ਤੱਕ ਹੁੰਦੀ ਹੈ ਸਤਬਰ ਅਗਿਆਤ ਭਾਰਤ ਵਿੱਚ ਪਛਵੀਂ ਚੱਕਰ ਚਕਰਵਾਤ ਨਾਲ ਹੋਣ ਵਾਲੀ ਵਰਖਾ ਡੈਸ਼ ਦੀ ਫਸਲ ਲਈ ਲਾਹੇਵੰਦ ਹੁੰਦੀ ਹੈ ਰਬੀ ਕੇਰਲ ਤੇ ਦੱਖਣੀ ਕਰਨਾਟਕ ਵਿੱਚ ਹੋਣ ਵਾਲੀ ਪੂਰਵ ਮੌਸਮੀ ਵਰਖਾ ਨੂੰ ਸਤਾਰਕ ਪਾਸ਼ਾ ਵਿੱਚ ਕੀ ਕਿਹਾ ਜਾਂਦਾ ਹੈ ਊੜਾ ਤੇੜਾ ਦੋਵੇ ਬੈਗੋ ਸ਼ਾਵਰ ਤੇ ਬਲੋਸਮ ਸ਼ਾਵਰ ਅੰਬਰੀਂ ਛਵਾਛੜ ਤੇ ਫੁੱਲਾਂ ਦੀ ਵਾਛੜ ਭਾਰਤ ਦੇ ਡੈਸ਼ ਛਤ ਤੇ ਸਰਦੀਆਂ ਵਿੱਚ ਵਰਖਾ ਹੁੰਦੀ ਹੈ ਕੋਰੋ ਬੰਡਲ ਅਗੇ ਭਾਰਤ ਦੇ ਤੱਟਵਰਤੀ ਖੇਤਰ ਵਿੱਚ ਡੈਸ਼ ਜਲਵਾਯੂ ਮਿਲਦੀ ਹੈ ਸਮ ਦਸੰਬਰ ਤੋਂ ਫਰਵਰੀ ਤੱਕ ਦੀ ਰੁੱਤ ਡੈਸ਼ ਰੁੱਤ ਹੁੰਦੀ ਹੈ ਸਰਦੀ ਜੂਨ ਬਾਅਦ ਤੋਂ ਅਕਤੂਬਰ ਤੱਕ ਦੀ ਰੁੱਤ ਡੈਸ਼ ਰੁੱਤ ਹੁੰਦੀ ਹੈ ਵਰਖਾ ਦੇਸ਼ ਦੇ ਉੱਤਰੀ ਭਾਗ ਦੇ ਵਿੱਚ ਗਰਭੀਆਂ ਵਿੱਚ ਚੱਲਣ ਵਾਲੀ ਸਥਾਨਕ ਪੌਦਾ ਦਾ ਡੈਸ਼ ਸੀ ਲੂ ਸਭ ਜਲਵਾਯੂ ਦੇ ਸਥਾਨ ਮੁੰਬਈ ਤੇ ਡੈਸ਼ਨ ਚੇਨਈ ਡੈਸ਼ ਅਤੇ ਜੋਧਪੁਰ ਵਿੱਚ অতি ਕਠੋਰ ਜਲਵਾਯੂ ਪਾਈ ਜਾਂਦੀ ਹੈ ਅਬ੍ਰਿਤਸਰ ਤ੍ਰਾਤਲ ਤੋਂ ਤੇ ਕਿਲੋਮੀਟਰ ਦੀ ਉਚਾਈ ਤੇ ਵਸੁਰ ਵਾਲੀ ਉੱਪਰਲੀ ਹਵਾ ਦਾ ਸੰਚਾਰ ਚੱਕਰ ਨੂੰ ਡੈਸ਼ ਕਹਦੇ ਹਨ ਜੈਟ ਸਟ੍ਰੀਮ ਵਰਖਾ ਰੁੱਤ ਵਿੱਚ ਮੌਸਮ ਪੋਣਾ ਦੇ ਵਿਚਕਾਰ ਖੁਸ਼ਕ ਅੰਦਰਾ ਨੂੰ ਡੈਸ਼ ਤੋੜ ਆਖਦੇ ਹਨ ਮੌਸਮੀ ਅਗਲਾ ਹੈ ਅਰਬ ਸਾਗਰ ਦੀ ਤੇ ਬੰਗਾਲ ਦੀ ਖਾੜੀ ਵਾਲਿਆ ਮੌਸਮ ਪੌੜਾ ਪੰਜਾਬ ਅਤੇ ਡੈਸ਼ ਵਿੱਚ ਆਪਸ ਵਿੱਚ ਮਿਲਦੀਆਂ ਹਨ ਹਿਮਾਚਲ ਪ੍ਰਦੇਸ਼ ਮੁੰਬਈ ਡੈਸ਼ ਤੱਟ ਤੇ ਵਸਿਆ ਹੋਇਆ ਹੈ ਸਮੁੰਦਰੀ ਤੱਟ ਚੇਨਈ ਭਾਰਤ ਦੇ ਡੈਸ਼ ਤੱਟ ਸਥਿਤ ਹੈ ਪੂਰਬ ਡੈਸ਼ ਵਿੱਚ ਸਾਰਾ ਸਾਲ ਆਕਾਸ਼ ਬਦਲਾ ਨਾਲ ਟਕਿਆ ਹੀ ਰਹਿੰਦਾ ਹੈ ਮੇ ਗੱਲ ਲਓ ਦੇਸ਼ ਦੇ ਉਤਰੀ ਪਹਾ੍ਰਤੀ ਖੇਤਰ ਵਿੱਚ ਉਚਾਈ ਦੇ ਕਾਰਨ ਸਾਰਾ ਸਾਲ ਪਰ ਡੈਸ਼ ਰਹਦੇ ਹਨ ਠੱਡੇ ਡੈਸ਼ ਧਲਾਣ ਤੇ ਸਥਿਤ ठाਵਾ ਤੇ ਭਾਰੀ ਵਰਖਾ ਹੁੰਦੀ ਹੈ ਪਵਨਮੁਖੀ ਸੋ ਇਸੀ ਆਪਣੇ ਕੁਛ ਕੁਐਸਚਨਸ ਚੈਪਟਰ ਨੰਬਰ 3 ਜੀਓਗ੍ਰਾਫੀ ਦੇ ਰਿਲੇਟਡ ਵੀਡੀਓ ਪਰ ਸਦਾ ਆਇਓ ਤੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕਸ ਫॉर ਵਾਚਿੰਗ ਦ ਵੀਡੀਓ